ਸਤਿ ਸ਼੍ਰੀ ਅਕਾਲ ਭਾਈ ਜੀ ਕਿੱਥੋਂ ਆਏ ਹੋ ਵੀਰ ਜੀ ਭਾਈ ਜੀ ਆਪਣਾ ਵਰਪਾਲ ਪਿੰਡ ਹੈ ਡਿਸਟ੍ਰਿਕਟ ਅੰਮ੍ਰਿਤਸਰ ਅੱਛਾ ਜੀ ਤੁਹਾਡਾ ਨਾਮ ਕੀ ਹੈ ਨਾਮ ਭਾਈ ਜੋਬਨਪ੍ਰੀਤ ਸਿੰਘ ਜੋਬਨਪ੍ਰੀਤ ਸਿੰਘ ਹਾਂਜੀ ਤੇ ਇਹ ਸਾਰੀਆਂ ਮੱਝਾਂ ਆਪਣੀਆਂ ਨੇ ਜੀ ਹਾਂਜੀ ਭਾਈ ਜੀ ਆਪਣੀਆਂ ਜੀ ਠੀਕ ਹੈ ਜੀ ਇਹ ਤੁਸੀਂ ਵੇਚਣ ਵਾਸਤੇ ਲਿਆਂਦੀਆਂ ਹਾਂਜੀ ਭਾਈ ਜੀ ਵੇਚਣ ਵਾਸਤੇ ਹਰਿਆਣੇ ਤੋਂ ਆਈਆਂ ਮੱਝਾਂ ਭਾਈ ਜੀ ਅੱਛਾ ਗੁਣ ਭਾਈ ਜੀ ਦੂਸਰੇ ਸੂਗੇ ਮੱਝ ਆ 6 ਦੰਦ ਆ ਜੇ ਯਾਨੀ ਕਿ 6 ਨੇ ਪੂਰੇ ਕੱਢੇ ਨਹੀਂ ਹੈ ਜੇ ਦੂਸਰੇ ਸੂਗੇ ਆਏ ਹਾਂਜੀ ਦੁੱਧ ਭਾਈ ਜੀ ਇਹ ਤੇ ਕਾਰਾ ਹੀ ਦੁੱਧ 21-22 ਕਿਲੋ ਪੱਕਾ ਕੰਡੇ ਵਾਲਾ ਦੇ ਬਾਈ ਹੁਣ ਥੋੜਾ ਮੰਡੀ ਆਉਣ ਕਰਕੇ ਨਾ 2-3 ਦਿਨ ਹੋ ਗਏ ਨਾ ਤੇ ਪੱਠੇ ਖਾਣ ਡਈ ਆਏ ਹਾਂਜੀ ਤਾਂ ਅਜੇ ਦੁੱਧ ਕੰਡੇ ਦਾ 16-17 ਕਿਲੋ ਪੱਕਾ ਥੱਲੇ ਆ ਠੀਕ ਮਤਲਬ ਬਾਹਰ ਆ ਕੇ ਥੋੜਾ ਜਿਹਾ ਬਾਈ ਹਾਂ ਸੇਵਾ ਬਾਈ ਇੱਥੇ ਜੇ ਇੱਕ ਜੀ ਨਹੀਂ ਲਾਉਣ ਦੀ ਮੱਝ ਅੱਛਾ ਪਹਿਲਾਂ ਘਰੇ ਆ ਕੇ ਜੀ ਨਹੀਂ ਲਾਇਆ ਉੱਥੋਂ ਫਿਰ ਇੱਥੇ ਆ ਕੇ ਤੇ ਹੋਰ ਜ਼ਿਆਦਾ ਉਪਰਾ ਕਰਨ ਦੀ ਮੱਝ ਹਾਂਜੀ ਹਾਂਜੀ ਹਾਂ ਬਾਕੀ ਬਾਈ ਪਿਓਰ ਮੋਰਾ ਬਰੀਡ ਦੇ ਵਿੱਚ ਆਏ ਤੇ ਠੀਕ ਹੈ ਹਾਂ ਤੇ ਸਾਨੂੰ ਐਡਾ ਦੱਸੋ ਜਿਵੇਂ ਘੋੜੇ ਵੀ ਇੱਥੇ ਬੜੀ ਕੀਮਤ ਵਾਲੇ ਆਏ ਨੇ ਹਾਂਜੀ ਹਾਂਜੀ ਤੇ ਕਿਵੇਂ ਮੱਝਾਂ ਦਾ ਵੀ ਉਹੀ ਨਹੀਂ ਨਹੀਂ ਬਾਈ ਜੀ ਸਿਸਟਮ ਇਹ ਵੀ ਘੋੜਿਆਂ ਨਾਲੋਂ ਕਿਹੜੀਆਂ ਬਾਈ ਸਸਤੀਆਂ ਏ ਘੋੜਿਆਂ ਨਾਲੋਂ ਕਿਤੇ ਮਹਿੰਗੀਆਂ ਆ ਏ ਹਾਂਜੀ 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 ਸਾਂਭ ਸੰਭਾਲ ਇਹਨਾਂ ਦੀ ਵੀ ਉਨੀ ਸਾਂਭ ਸੰਭਾਲ ਬਾਈ ਜੀ ਉਨੀ ਜਿੰਨੇ ਘੋੜਾ ਦਾਣਾ ਖਾਂਦਾ ਉਹਦੋਂ ਵੱਧ ਹੀ ਖਾਂਦੀ ਆ ਏ ਵੱਧ ਖਾਂਦੀ ਹਾਂਜੀ 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 ਬਾਈ ਪੂਰੀ ਤਾਂ ਹੀ ਬਾਈ ਜੀ ਵੇਖੋ ਹੁਣ ਆਪਣੇ 6 ਦੰਦ ਇੱਥੇ ਮੱਝਾਂ ਪਹਿਲੇ ਸੂਏ ਨਹੀਂ ਸੁਣਦੀਆਂ ਇਹ ਸਾਰੇ 6 ਦੰਦ ਦੂਜੇ ਸੂਏ ਸੂਪੀ ਝੋਟੀ ਵੇਖੋ ਠੀਕ ਹੈ ਜੀ ਹਾਂ ਦੂਜੀਆਂ ਮੱਝਾਂ ਆਪਣੇ 4-4 ਦੰਦ ਆ ਸਾਰੀਆਂ ਹੀ ਆ ਹਾਂਜੀ ਹਾਂ ਕੋਈ 4 ਦੰਦ ਮੰਨ ਲਓ ਕਿ ਹੁਣ ਸੇਵਾ ਤਾਂ ਹੀ ਦਾਣਾ ਖਾਦਾ ਇਹਨਾਂ ਦੇ ਬਈਏ ਬਣੀਆਂ ਇੰਡੀਆਂ ਹਾਂਜੀ ਹਾਂਜੀ ਮਤਲਬ ਇਹ ਵੀ ਘੋੜੇ ਵਾਂਗੂ ਪੂਰਾ ਆਪਣਾ ਘਰ ਪਹਿਲਾਂ ਲੈਂਦੀਆਂ ਐ ਪੂਰਾ ਲੈਂਦੀਆਂ ਬਈ ਦਿੰਦੀਆਂ ਉਦੋਂ ਵੱਧ ਆਏ ਠੀਕ ਹੈ ਜੀ ਹਾਂਜੀ ਹਾਂਜੀ ਬਈ ਤੇ ਜਿੰਨੀ ਆਪਾਂ ਇਹਦੇ ਸੇਵਾ ਕਰਨੇ ਆ ਉਹ ਆਪਾਂ ਨੂੰ ਠੇਕ ਹੀ ਜਾਂਦੀਆਂ ਨੇ ਬਈ ਜੀ ਦੇ ਕੇ ਜਾਂਦੀਆਂ ਜ਼ਰੂਰ ਜ਼ਰੂਰ ਇਹ ਸਿਰਫ ਭਰ ਦਿੰਦੀਆਂ ਹੋਰ ਬਈ ਇਹ ਤੇ ਆਪਣੇ ਹੁਣ ਇੱਕ ਇਹਨਾਂ ਬਣਾ ਢਾਂਚਾ ਬਣਾ ਲਿਆ ਕਿ ਚ ਕੁਝ ਬਚਦਾ ਨਹੀਂ ਆ ਕੁਛ ਨਹੀਂ ਸਿਰਫ ਉਹ ਗੱਲ ਹੈ ਕਿ ਗੋਹਾ ਸੁੱਟਣੋਂ ਡਰਦੇ ਲੋਕ ਆਪਣੇ ਸਭ ਕੁਝ ਇਹਨਾਂ ਵਿੱਚ ਹੈਗਾ ਕਰਕੇ ਕੁਛ ਨਹੀਂ ਆ ਸਭ ਨੂੰ ਤਕਨੀਕ ਹੋਣੀ ਚਾਹੀਦੀ ਬਾਈ ਜੀ ਤਕਨੀਕ ਚਾਹੀਦੀ ਆ ਆਪਣੇ ਲੋਕ ਤੇ ਇੱਥੇ ਕੀ ਕਰਦੇ ਆਉਣੇ ਤਾਂ ਉੱਥੇ ਦੀ ਬਣੀ ਬਾਈ ਮੱਝੇ ਦਾਣੇ ਦੀ ਪਲੀ ਆਪਣੇ ਤੇ ਪੱਠਾ ਹੀ ਇੰਨਾ ਪਾਈ ਜਾਂਦੇ ਆ ਹੁਣ ਦਾਣਾ ਖਾਣ ਤੇ ਆਪੇ ਮੱਝਾਂ ਬਣਦੀਆਂ ਹੁਣ ਦੂਜੀ ਸੂਏ ਸੂਬੀ 6 ਦੰਦ ਜੇ ਆਏ ਕਿ ਸੋਚੋ ਕਿ ਪਹਿਲਾ ਸੂਆ ਖੀਰੀ ਸੂਈ ਹੋਊਗੀ ਇਹ ਨਸਲ ਦੀ ਕੀ ਚੱਕਰ ਹੈ ਜੀ ਆਪਾਂ ਨੂੰ ਸੇਵਾ ਦੇ ਵਿੱਚ ਬਾਈ ਜੀ ਪਹਿਲੋਂ ਨਸਲ ਆ ਸੇਵਾ ਬਾਅਦ ਚ ਹੁਣ ਆਮ ਡੰਗਰ ਨੂੰ ਆਪਾਂ ਕਹੀਏ ਨਾ ਦਾਣਾ ਪਾ ਕੇ ਥੋੜੀ ਬਣ ਜਾਣੀ ਇਹ ਚੀਜ਼ਾਂ ਕੋਈ ਆਪਣੇ ਆਮ ਮਿਲ ਜਾਂਦੀ ਨੇ ਜਾਂ ਕਿਤੋਂ ਸਪੈਸ਼ਲ ਕੋਈ ਹੋਣੀ ਨਹੀਂ ਬਾਈ ਜੀ ਇਹ ਚੀਜ਼ ਤੇ ਆਪਣੇ ਪੰਜਾਬ ਤੋਂ ਤਾਂ ਮੈਂ ਤਾਂ ਨਹੀਂ ਕੋਈ ਆਂਦਾ ਇਹ ਮੱਝਾਂ ਹਰਿਆਣੇ ਦੀਆਂ ਬਾਈ ਜੀ ਦੁੱਧ ਨੂੰ ਹਰਿਆਣੇ ਤੋਂ ਹੁੰਦੀਆਂ ਨੇ ਹਾਂ ਹਰਿਆਣੇ ਤੋਂ ਬਾਈ ਇਹ ਠੀਕ ਹੈ ਹਾਂਜੀ ਹਾਂਜੀ ਤੇ ਬਾਈ ਜੀ ਇਹਦਾ ਕੀ ਮੁੱਲ ਕਰਦੇ ਹੋ ਮੁੱਲ ਬਾਈ 1,75,000 ਇਹਦਾ ਅੱਛਾ ਜੀ ਹਾਂ ਕੋਈ ਮਾਨਤਾਨ ਹੋ ਜੂ ਕੋਈ ਗੱਲ ਨਹੀਂ ਵਿੱਚੋਂ ਜਿਓ ਮਗਰੋਂ ਬਾਕੀ ਵੀਰ ਜੀ ਜੇ ਤੇ ਰੁਪਈਏ ਲੱਖ ਤੋਂ ਬਾਹਰ ਖਰਚਣਾ ਮੱਝ ਫੇਰ ਹੀ ਮਿਲਦੀ ਆ ਜੇ ਆਪਾਂ ਸੰਡਾਂ ਬੰਨਣੀਆਂ ਤੇ 60,000-60,000 ਤੋਂ ਵੀ ਸੰਡਾਂ ਸ਼ੁਰੂ ਮੱਝ ਤੇ ਬਈ 50,000 ਦੀ ਗੋਆ ਸੁੱਟਣ ਵਾਲੀ ਗੱਲ ਆ ਆਪਣੇ ਚੋ ਕੇ ਇਹ ਸਿਰਫ ਇੱਕ ਉਪਰਾ ਮੰਨ ਗਈ ਮੰਡੀ ਚ ਹੋਰ ਆ ਕੇ ਵੇਖ ਲੋ ਇਹਦੇ ਗਾੜੀ ਪੱਠੇ ਪਏ ਆ ਦੂਜਿਆਂ ਗਾੜੀ ਆਪਣੇ ਖਾ ਲਏ ਆ ਦੂਜਿਆਂ ਗਾੜੀ ਜੇ ਦਿਲ ਨਹੀਂ ਲਾਉਂਦੀ ਬਾਈ ਪੱਠੇ ਨਾ ਖਾਣ ਕਰਕੇ ਹੁਣ ਆਹ ਝੋਟੀ ਵੇਖੋ 6 ਦੰਦ ਪਹਿਲਾ ਸੂਆ ਸੂਈ ਆ ਵੇਖੋ ਆਹ ਪਹਿਲੇ ਸੂਏ ਆ ਆਹ ਪਹਿਲੇ ਸੂਏ ਵੇਖੋ ਕਿੱਡੀ ਆ ਵੀ ਝੋਟੀ ਆ ਵੀ ਪਹਿਲੇ ਸੂਏ ਆ ਝੋਟੀ ਹੁਣ ਅੱਜ ਦੇ ਚ ਇਹ ਫਰਕ ਹੈ 6 ਦੰਦ ਸੂਪੀ ਆ ਦੂਜੇ ਸੂਏ ਇਹ ਅਜੇ ਪਹਿਲੇ 6 ਦੰਦ ਸੂਈ ਆ ਇਹਦਾ ਬਾਈ ਜੀ 1.5 ਲੱਖ ਰੁਪਇਆ ਬਾਈ ਜੀ ਆਹ ਝੋਟੀ ਵੱਧ ਤੋਂ ਵੱਧ 3 ਸਾਲਾਂ ਦੀ ਝੋਟੀ ਆ ਜਿਹੜੀ ਹਾਂਜੀ ਹੁਣ ਇਹ 19 ਕੋਲ ਦੁੱਧ ਚੋ ਕੇ ਪਾਸ ਕਰਕੇ ਲਿਆਂਦੀ ਸੀ ਆਪੇ 19 ਕਿਲੋ ਪਹਿਲਣ ਨੇ ਹਾਂ ਤੋਲ ਕੇ ਆਪਣੇ ਥੀ ਚਵਾਈ ਇੱਕ ਵਾਰ ਖਾਲੀ ਕਰੀ ਸੋਹਣਾ ਜੀ ਨਹੀਂ ਬਾਈ ਹੁਣ ਸੂਈ ਹੈ ਝੋਟੀ ਹੈ ਹਾਂ ਆਹ ਬੱਚਾ ਇਹਦਾ ਕੱਟਾ ਮਗਰ ਬੱਚਾ 5 ਮੱਝਾਂ 5 ਸੂਈਆਂ ਹਾਂ ਵੇਖੋ ਮਗਰੋਂ ਆ ਕੇ ਝੋਟੀ ਦਾ ਵੇਖੋ ਇਹਦੀ ਥੱਲੇ ਵੇਖੋ ਇਹ ਮੇਰੇ ਸਾਹਮਣੇ 6-6 ਉਂਗਲਾਂ ਦਾ ਗੈਪ ਆ ਹਾਂਜੀ ਹਾਂ ਉਹ ਵੀ ਪਹਿਲਣ ਦਾ ਬਾਈ ਠੀਕ ਹੈ ਜੀ ਹਾਂ ਆ ਵੀ ਆ ਪਹਿਲਣ 4 ਦਾ ਆ ਚੌਗੀ ਆ ਸ਼ਕਰਾਂ ਦਾ
है किन्ना कच्चा पन झोटी जा अगले बने वेखो तुम लगता ना सूई हो जिदा है जद इधर आओगे फिर लगता है झोटी सूई है देखो किन्ना थाना पहले सूई का लगा दसो इन किलो वध निकले को चोके दे वेख कोई गल चोई भी भाई एक इना की मान लो छे सत किलो वाली बाल्टी दोवां थणां नाल भर देणगियां ठीक है जी पी इन्ना चुआ दे विच प्रेशर है थणां च वेखो पहलां झोटी आए हां जी हुण आ दूजे सूगे आए हुण जिने के दंद पूरे कर गई आए ठीक है जी वेखो थण लेवा इहदा इह किधले वेखो इहनूं करो वेखो थण लगा इहनूं हुण इहदा मुल्ल वेख लो फर्क तुहानूं दस दिंदे आं ब्रीड दा की हुंदा हां जी हुण दो दे थले वी उन्ना ही आ सब कुछ आ इहदा मुल्ल 1.15 आ अच्छा जी ब्रीड करैक्टर एदा वा होने दा थोड़ा जिहा सिर्फ ये फर्क आ कि थाना थोड़ा फर्क आ है पतली चमड़ी दी दुध इहदे लई उन्ना ही हैगा वा सिर्फ इन्ना कि इहदे थाना दा फर्क थोड़ा अगले छोटे करके दुध उन्ना ही आ हो सकदा किलो वध ही दे दे हाँ मानदान हो जूगा जो रेट आप जो कहे ओना होगा यह नहीं कि भाई हड लो भावे अज खाली कर लिखा सामने तो बाद दो तीन चार पांच जिन्नी बार मर्जी तो सानू कोई चक्कर नहीं हाँ कोई थान च कमी कोई भूर छट्टा कोई कुछ हर एक की गरंटी आ घर तक की भी ले लेंगे आप इतों दूर की गल आ हाँ जी भाई जी अपने नस्ल का फर्क 15 महीने की गबन हो गई यानी कि 25 महीने की बच्चा दे देना उन्हें सेवा की गल है सेवा भी ला लो दूजा पहला नंबर ब्रीड आ पूरे खुश होने ठीक है कि 60-70 हजार की जिहड़ी मज ओनू अहीं वधिया समझदे आ 12 किलो दुध 13 किलो दुध ओनू अहीं मानदे आ जिहड़ी मज लख तों बाहर चल जांदी आ दुध 16-17 लीटर 18 लीटर ओनू अहीं महंगी समझदे आ खाणा भी घट आ पैसे भी वध देने पर अहीं लख तों उत्ते जाण तों पहलां 5 री सोचदे आ 90-95 हजार खर्चन लगे अहीं नहीं सोचदे जदकि उहदी औसत कढ लईए ते ओह दूजी मज नालों जिहड़ी आपां मज घरे रखदे जिहड़ी 95 हजार दी लैंदे आ इह उहदे नालों ओह दो मजां अपने वड्डे छोटे वीरां नूं गल कहनी चाहुंदा कि आपां नसल ਨੂੰ ਸੋਧਣ ਵਾਸਤੇ ਥੋੜ੍ਹਾ ਬਹੁਤਾ ਆਪਾਂ ਸਾਰੇ ਜਾਣੇ ਉਪਰਾਲਾ ਕਰੀਏ ਤਾਂ ਕਿ ਜੋ ਆਉਣ ਵਾਲੀ ਪੀੜ੍ਹੀ ਸਾਨੂੰ ਇਹ ਗੱਲ ਕਹਿ ਸਕੇ ਕਿ ਯਾਰ ਸਾਡੇ ਬਜ਼ੁਰਗ ਵੀ ਬਹੁਤ ਜ਼ਿਆਦਾ ਸਿਆਣੇ ਸੀ ਉਹਨਾਂ ਨੂੰ ਸਮਝ ਹੀ ਉਹਨਾਂ ਨੇ ਆਪਣੇ ਜਿਹੜੀ ਬਰੀਡ ਆ ਇੱਥੇ ਚੇਂਜ ਬਦਲਤੀ ਆ ਪਰ ਆਪਣੇ ਬਰੀਡ ਨੂੰ ਮਿਕਸ ਕਰਕੇ ਬਰੀਡ ਨੂੰ ਇੱਕ ਹਿਸਾਬ ਨਾਲ ਖਤਮ ਕਰਨ ਦੇ ਕਗਾਰ ਤੇ ਆ ਦੋ ਨੰਬਰ ਡੁਪਲੀਕੇਟ ਹਰ ਚੀਜ਼ ਵਿਕਣ ਡਈ ਆ ਕੋਈ ਜਿਵੇਂ ਟੀਕੇ ਆਪਾਂ ਏਆਈ ਕਰਾਉਂਦੇ ਆ ਉਹ ਟੀਕੇ ਵੀ
टीके भी वीर जी सही नहीं आंदे जिस तरह 200-250-300 दा टीका वा टीकियां नहीं काम खराब करे जेड़े डॉक्टर 10 लाख दा झोटा लेके रखया मेरे तो पहलो मेरे झोटे दे सीमन तो तैयार पहलो मेरे दूजे आ जेने नकली नकली टीके पहला बन जांदे आ दूजी गल ए आ कि जेडे डॉक्टर आ उहनां नूं ए हुंदा कि मैनूं वध तों वध पैसे बचण उन्हें 20 रुपए का इंजैक्शन लैके 250-300 का ला देना कह देना फलाने का वा सुल्तान का वा युवराज का वा अं लवा लेना अं कि वड़ के वेख्या दूजा आप सारिया ही सियाने होना पेगा फिर जाके जी ब्रीड आ बदली जानी आ इस तरह ब्रीड नहीं बदली जानी दूजी गल वीर जी बहुत धन्यवाद मेहरबानी भी धन्यवाद जी सू इन्नी जानकारी दी जी थैंक यू घोड़िया की वीडियो बड़ी बनती है तो मझा की वीडियो मझा वाल मझा अज तो 4-5 साल पहला घोड़िया वाल भी किड़ा लोगों का इन्ना इंटरस्ट ही अज तो 5 साल पहला 60-61 इंच ना कि वड्डा घोड़ा मानते हैं हुण 67-68 इंच तक चल गया बहुत बहुत यूट्यूब का बहुत ही वड्डा योगदान है बाकी वीर जी ने कर लो गल ਬਾਕੀ ਕੋਈ ਨਹੀਂ ਜੀ ਧੰਨਵਾਦ ਤੁਹਾਡਾ ਇਹਨਾਂ ਟਾਈਮ ਦੇਣ ਲਈ ਆਪਣਾ ਨਾਮ ਦਵਾਰ ਤੋਂ ਦੱਸ ਦਿਓ ਤੇ ਏਰੀਆ ਤੇ ਆਪਣਾ ਫੋਨ ਨੰਬਰ ਦੱਸ ਦਿਓ ਠੀਕ ਹੈ ਬਾਈ ਜੀ ਬਾਈ ਨਾਮ ਜੋਰਨਪ੍ਰੀਤ ਸਿੰਘ ਆ ਪਿੰਡ ਵਰਪਾਲ ਡਿਸਟ੍ਰਿਕਟ ਅੰਮ੍ਰਿਤਸਰ ਤਰਨਤਾਰਨ ਰੋਡ ਤੇ ਆ ਬਾਈ ਆਪਣਾ ਪਿੰਡ ਹਾਂਜੀ ਮੋਬਾਈਲ ਨੰਬਰ ਆਪਣਾ ਹੈਗਾ 7906479447 ਅਗਰ ਕਿਸੇ ਨੇ ਵੇਚਣੀ ਔਰ ਲੈਣੀ ਹੋਵੇ ਕੋਈ ਗੱਲ ਨਹੀਂ ਬਸ ਇਹ ਨੰਬਰ ਤੇ ਕੰਟੈਕਟ ਕਰ ਲੈਣ 7906479447 ਇਹ ਮੋਬਾਈਲ ਨੰਬਰ ਹੈਗਾ ਆਪਣਾ ਬਾਈ ਜੀ ਧੰਨਵਾਦ ਬਾਈ ਜੀ ਤੁਹਾਡਾ ਧੰਨਵਾਦ ਜੀ ਥੈਂਕ ਯੂ ਬਾਈ ਜੀ